ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਤੇ ਯੂਟਿਊਬ ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ ਦੋਸਤੋ Q&A, ਯਾਨੀ ਕਿ ਕੁਐਸਚਨ ਦੇ ਅੰਤਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤੇ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੈਗਾ। ਤੁਹਾਡੇ ਦਿਮਾਗ 'ਚ ਕੋਈ ਵੀ ਡਾਊਟ ਹੁੰਦਾ ਹੈ, ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ, ਤੁਹਾਨੂੰ ਕਈ ਗੱਲਾਂ ਦਾ ਪਤਾ ਨਹੀਂ ਲੱਗਦਾ, ਤਾਂ ਤੁਸੀਂ ਇਸ ਵੀਡੀਓ 'ਤੇ ਕਮੈਂਟ ਕਰਦੇ ਹੋ ਅਤੇ ਮੈਂ ਤੁਹਾਡੇ ਕਮੈਂਟ ਦਾ ਜਵਾਬ ਜਿਹੜਾ ਉਹ ਦਿੰਦਾ ਹੈਗਾ। ਇੱਕ ਬਹੁਤ ਵਧੀਆ ਪਲੇਟਫਾਰਮ ਹੈ, ਬਹੁਤ ਲੋਕਾਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਕਈ ਵਾਰੀ ਸਾਡੇ ਮਨ 'ਚ ਸਵਾਲ ਹੁੰਦਾ ਕਿ ਅਸੀਂ ਇਹ ਚੀਜ਼ ਜਾਣਨੀ ਚਾਹੁੰਦੇ ਹਾਂ, ਅਤੇ ਇਹ ਕਮੈਂਟ ਕਈ ਵਾਰੀ ਕੋਈ ਹੋਰ ਬੰਦਾ ਕਰ ਦਿੰਦਾ, ਸੋ ਤੁਹਾਨੂੰ ਆਪਣੇ ਆਪ ਹੀ ਜਿਹੜਾ ਹੈਗਾ ਉਸਦਾ ਜਵਾਬ, ਜਿਹੜਾ ਜਿਹੜੀ ਚੀਜ਼ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਮਿਲ ਜਾਂਦੀ ਹੈ। ਸੋ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਂਦੇ ਨੇ, ਸਾਨੂੰ ਕਾਲ ਆਉਂਦੀ ਹੈ ਕਿ ਬਹੁਤ ਵਧੀਆ ਉਪਰਾਲਾ ਹੈਗਾ Q&A ਦਾ। ਸੋ ਤੁਸੀਂ ਵੀ ਜੇ ਕੁਛ ਪੁੱਛਣਾ ਚਾਹੁੰਦੇ ਹੋ, ਤੁਸੀਂ ਵੀ ਮੈਨੂੰ ਮੇਰੀ ਵੀਡੀਓ 'ਤੇ ਕਮੈਂਟ ਕਰ ਸਕਦੇ ਹੋ, ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਅਤੇ ਮੈਂ ਤੁਹਾਡੇ ਵੀ ਕਮੈਂਟ ਦਾ ਜਿਹੜਾ ਜਵਾਬ ਹੈ ਇਸ ਵੀਡੀਓ 'ਚ ਸ਼ਾਮਿਲ ਕਰੂੰਗਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ 8:30 ਯੂਟਿਊਬ ਤੋਂ ਰਿਲੀਜ਼ ਹੁੰਦੀ ਹੈ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ Q&A। GS ਚਾਹਲ ਲਿਖਦੇ ਨੇ, ITR ਕਿੰਨੀ ਹੋਣੀ ਚਾਹੀਦੀ ਹੈ ਵੀਰ? ਹੁਣ ਫਿਲ ਕਰੀ 2021-22 4,90,000 ਹੈ। 4,90,000 ਵੀ ਠੀਕ ਹੈ ਜੀ, ਜੇ ਤੁਸੀਂ 5 ਤੋਂ 6 ਲੱਖ ਦੀ ITR ਕਰ ਲਉਂਗੇ ਤਾਂ ਜ਼ਿਆਦਾ ਵਧੀਆ, ਕਿਉਂਕਿ 40 ਤੋਂ 50 ਹਜ਼ਾਰ ਦੀ ਜਿਹੜੀ ਇਨਕਮ ਹੁੰਦੀ ਆ ਉਹ ਟੂਰਿਸਟ ਵੀਜ਼ਾ ਵਾਸਤੇ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ, ਜਿਹੜੀ ਹੈਗੀ ਆ ਉਹ ਠੀਕ ਹੁੰਦੀ ਹੈ। ਸੋ 40 ਤੋਂ 50 ਹਜ਼ਾਰ ਦੀ ਇਨਕਮ ਦੇ ਹਿਸਾਬ ਨਾਲ ਤੁਸੀਂ ਆਪਦੀ ITR ਜਿਹੜੀ ਹੈਗੀ ਉਹ ਫਾਈਲ ਕਰ ਸਕਦੇ ਹੋ। ਅਗਲਾ ਕਮੈਂਟ ਹੈ ਜੀ ਗੋਲਡਨ ਦਾ। ਗੋਲਡਨ ਜੀ ਲਿਖਦੇ ਨੇ, ਸਰ ਔਨਲਾਈਨ ਵੀਜ਼ਾ ਅਪਲਾਈ ਕੀਤਾ ਹੋਇਆ, ਕਿੰਨੇ ਟਾਈਮ 'ਚ ਰਿਜ਼ਲਟ ਆ ਜਾਂਦਾ ਜੀ ਕੈਨੇਡਾ ਦਾ? ਦੇਖੋ, ਹੁਣ ਤਾਂ ਜੀ ਬਹੁਤ ਜ਼ਿਆਦਾ ਟਾਈਮ ਜਿਹੜਾ ਪ੍ਰੋਸੈਸਿੰਗ ਦਿਖਾ ਰਿਹਾ ਕੈਨੇਡਾ, 190 ਦਿਨ ਦਾ ਪ੍ਰੋਸੈਸਿੰਗ ਟਾਈਮ ਫਿਲਹਾਲ ਕੈਨੇਡਾ ਦਿਖਾ ਰਿਹਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਟਾਈਮ ਘੱਟ ਵੀ ਸਕਦਾ ਹੈਗਾ। ਸੋ ਹਲੇ ਟਾਈਮ ਬਹੁਤ ਜ਼ਿਆਦਾ ਆ ਰਿਹਾ, ਸੋ ਹਲੇ ਤਾਂ ਟਾਈਮ ਦੇਖ ਕੇ ਡਰ ਲੱਗ ਰਿਹਾ ਕਿ ਇੰਨੇ ਟਾਈਮ ਬਾਅਦ ਵੀਜ਼ਾ ਹੈਗਾ, ਹੈ ਨਾ, ਅਤੇ ਹਲੇ ਕਨਫਿਊਜ਼ਨ ਚੱਲੀ ਜਾਂਦੀ ਹੈ ਪੁਰਾਣੇ ਅਤੇ ਨਵੇਂ ਪੋਰਟਲ ਦੀ। ਸੋ ਵੇਟ ਕਰਨੀ ਪੈਣੀ ਹੈ ਤੁਹਾਨੂੰ। ਗੁਰਬੰਤ ਸਿੰਘ ਲਿਖਦੇ ਨੇ ਜੀ ਕਮੈਂਟ, ਗੁਰਬੰਤ ਜੀ ਲਿਖਦੇ ਨੇ, ਪਲੀਜ਼ ਅਪਲਾਈ ਫੋਰ ਦੋਜ਼ ਹੂ ਵਰਕਿੰਗ ਇਨ ਮਿਡਲ ਈਸਟ ਐਂਡ ਕਮਿੰਗ ਬੈਕ ਇਨ ਇੰਡੀਆ ਔਨ ਵਕੇਸ਼ਨ, ਐਂਡ ਨਾਓ ਵੀ ਵਾਂਟ ਟੂ ਗੋ ਇਨ ਅਦਰ ਕੰਟਰੀ ਐਜ਼ ਏ ਵਿਜ਼ਟਰ, ਸੋ ਵੀ ਵਟਸ ਮੇਨ ਡਾਕੂਮੈਂਟ ਵੀ ਨੀਡ ਟੂ, ਪਲੀਜ਼ ਮੇਕ ਵੀਡੀਓ ਰਿਪਲਾਈ ਟੂ। ਓਕੇ, ਨੋ ਪ੍ਰੋਬਲਮ ਗੁਰਬੰਤ ਜੀ। ਦੇਖੋ, ਇਸ ਤਰ੍ਹਾਂ ਹੈਗਾ, ਤੁਸੀਂ ਕਿਤੇ ਵੀ ਕੰਮ ਕਰਦੇ ਹੋ, ਤੁਸੀਂ ਇੰਡੀਆ 'ਚ ਹੋ ਜਾਂ ਇੰਡੀਆ ਤੋਂ ਬਾਹਰ ਹੋ, ਤੁਹਾਡੀ ਇਨਕਮ ਜਿਹੜੀ ਹੈ ਉਹ ਚੰਗੀ ਹੋਣੀ ਚਾਹੀਦੀ ਹੈ। ਜੇ ਤੁਸੀਂ ਬਾਹਰ ਮਿਡਲ ਈਸਟ ਕੰਮ ਕਰਦੇ ਹੋ, ਜੇ ਤੁਹਾਡੀ ਇਨਕਮ 50,000 ਪਲੱਸ ਹੈਗੀ ਹੈ, ਤਾਂ ਤੁਸੀਂ ਕਿਸੇ ਵੀ ਕੰਟਰੀ ਦਾ ਜਿਹੜਾ ਵੀਜ਼ਾ ਅਪਲਾਈ ਕਰ ਸਕਦੇ ਹੋ, ਸ਼ੈਨੇਬਨ ਵੀ ਕਰ ਸਕਦੇ ਹੋ, ਸ਼ੈਨੇਗਨ ਵੀਜ਼ਾ ਕਰ ਸਕਦੇ ਹੋ, UK ਕਰ ਸਕਦੇ ਹੋ, ਆਸਟ੍ਰੇਲੀਆ ਅਤੇ ਕੈਨੇਡਾ ਕਰ ਸਕਦੇ ਹੈਗੇ ਹੋ। ਸੋ ਤੁਸੀਂ ਕਿਤੇ ਵੀ ਰਹੋ, ਇੰਡੀਆ 'ਚ ਰਹੋ, ਇੰਡੀਆ ਤੋਂ ਬਾਹਰ ਰਹੋ, ਤੁਹਾਡੀ ਇਨਕਮ ਜਿਹੜੀ ਹੈਗੀ ਹੈ ਉਹ ਹੋਣੀ ਜ਼ਰੂਰੀ ਹੈਗੀ ਹੈ। ਅੱਗੇ ਮਿਸਟਰ ਜਾਂਗੜਾ ਲਿਖਦੇ ਨੇ, ਵੀਰ 35,000 ਸੈਲਰੀ ਹੈ, ਮੇਰੀ ਇਨਕਮ ਗੌਰਮੈਂਟ ਜੋਬ ਕਰਦਾ ਹਾਂ। ਹਾਂ, ਜੇ ਗੌਰਮੈਂਟ ਜੋਬ ਹੈ, ਸੈਲਰੀ ਭਾਵੇਂ ਘੱਟ ਹੋਵੇ, ਜੇ ਗੌਰਮੈਂਟ ਜੋਬ ਹੈ ਤਾਂ ਚਾਂਸਿਸ ਵੀਜ਼ਾ ਦੇ ਹੁੰਦੇ ਨੇ, ਕਿਉਂਕਿ ਬੇਸਿਕਲੀ ਦੇਖਿਆ ਕੀ ਜਾਂਦਾ ਹੈ ਤੁਹਾਡੀ ਜਿਹੜਾ ਹੈਗਾ ਤੁਹਾਡੀ ਸਟੇਬਿਲਿਟੀ ਕਿੰਨੀ ਕੁ ਹੈ, ਤੁਹਾਡੇ ਕੋਲ ਇਸ ਤਰ੍ਹਾਂ ਦਾ ਇੰਡੀਆ 'ਚ ਕੀ ਹੈ ਕਿ ਤੁਸੀਂ ਵਾਪਸ ਮੁੜ ਕੇ ਆਉਂਗੇ, ਤਾਂ ਹੀ ਤੁਹਾਨੂੰ ਵੈਸੀ ਵੀਜ਼ਾ ਦਿੰਦੀ ਹੈ। ਸੋ ਗੌਰਮੈਂਟ ਜੋਬ ਇੱਕ ਵਧੀਆ ਆਪਸ਼ਨ ਹੈਗੀ ਹੈ, ਗੌਰਮੈਂਟ ਜੋਬ ਕਰਕੇ ਜਿਹੜਾ ਤੁਹਾਨੂੰ ਵੀਜ਼ਾ ਮਿਲਣ ਦੇ ਚਾਂਸਿਸ ਬਣ ਜਾਂਦੇ ਨੇ। ਜਤਿੰਦਰ ਸਿੰਘ ਲਿਖਦੇ ਨੇ, ਸਰ ਤੁਸੀਂ ਜਵਾਬ ਨਹੀਂ ਦਿੰਦੇ, UK ਦੇ ਟੂਰਿਸਟ ਵੀਜ਼ਾ ਪ੍ਰੋਸੈਸਿੰਗ ਟਾਈਮ ਰਿਜ਼ਲਟ ਕਿੰਨਾ ਲੱਗ ਰਿਹਾ ਹੈਗਾ? UK ਦਾ ਜੀ 1.5 ਮਹੀਨੇ ਦੇ ਕਰੀਬ ਪ੍ਰੋਸੈਸਿੰਗ ਟਾਈਮ ਜਿਹੜਾ ਫਿਲਹਾਲ ਆ ਰਿਹਾ ਹੈਗਾ। ਪਹਿਲਾਂ 15 ਤੋਂ 20 ਦਿਨਾਂ ਦੇ ਵਿੱਚ ਵੀਜ਼ਾ ਜਿਹੜਾ UK ਦਾ ਆ ਜਾਇਆ ਕਰਦਾ ਸੀਗਾ, ਪਰ ਹੁਣ ਪ੍ਰੋਸੈਸਿੰਗ ਟਾਈਮ ਹੈ ਉਹ 1 ਤੋਂ 1.5 ਮਹੀਨਾ ਲੱਗ ਰਿਹਾ ਹੈਗਾ ਜੀ। ਜੀਤ ਸੰਧੂ ਦਾ ਅਗਲਾ ਕਮੈਂਟ ਹੈ, ਸਰ ਅਸਾਈਲਮ ਸਿੱਕਰ ਆਪਣੇ ਪੇਰੈਂਟ ਦਾ ਅਪਲਾਈ ਕਰ ਸਕਦੇ ਹਾਂ, ਪਲੀਜ਼ ਆਨਸਰ। ਅਸਾਈਲਮ ਸਿੱਕਰ ਨਹੀਂ ਕਰ ਸਕਦੇ, ਦਿੱਕਤ ਆ ਸਕਦੀ ਹੈਗੀ ਹੈ, ਹੈ ਨਾ, ਜੇ ਤੁਸੀਂ ਅਸਾਈਲਮ ਮੇਕਰ ਹੈਗੇ ਹੋ ਤਾਂ ਵੀਜ਼ਾ ਦੇ ਵਿੱਚ ਦਿੱਕਤ ਆ ਸਕਦੀ ਹੈ। ਸੋ ਵੇਟ ਕਰੋ ਗ੍ਰੀਨ ਕਾਰਡ ਦੀ, ਜਦੋਂ ਗ੍ਰੀਨ ਕਾਰਡ ਆ ਗਿਆ ਫਿਰ ਤੁਸੀਂ ਆਪਦਾ ਪੇਰੈਂਟਸ ਨੂੰ ਸਪੋਂਸਰ ਕਰਕੇ ਵੀਜ਼ਾ ਲੈ ਸਕਦੇ ਹੋ। ਕਿਰਨ ਸ਼ੰਕਰ ਹੰਜਰਾ ਲਿਖਦੇ ਨੇ, ਆਈ ਨੀਡ ਸਮ ਇਨਫੋਰਮੇਸ਼ਨ ਅਬਾਊਟ ਰਿਨਿਊਅਲ ਆਫ F1 ਵੀਜ਼ਾ, ਆਈ ਕੇਮ ਟੂ US ਔਨ 2016 ਵਿਦ F1 ਵੀਜ਼ਾ, ਔਨ 2070 ਆਈ ਗੋਟ ਨੋਟੀਫਿਕੇਸ਼ਨ ਆਫ ਵਰਕ ਪਰਮਿਟ ਵਾਇਲੈਂਸ, ਦਿਸ ਵਾਜ ਹੈਪਨ ਡਿਊ ਟੂ ਸਮ ਡਿਪਾਰਟਮੈਂਟ ਮਿਸਟੇਕ ਔਨ ਕੰਟੀਨਿਊਇੰਗ ਰਿਕਾਰਡਿੰਗ ਆਰਸ, ਐਂਡ ਮਾਈ ਸਰਵਿਸ ID ਵਾਜ ਟਰਮੀਨੇਟਡ ਡਿਊਰਿੰਗ ਦੈਟ ਟਾਈਮ, ਆਈ ਗੋਟ ਏ ਨਿਊ 20 ਫਰੋਮ ਡਿਪਾਰਟਮੈਂਟ ਨਿਊ I-20 ਫਰੋਮ ਡਿਪਾਰਟਮੈਂਟ ਵਿਦ ਨਿਊ ਸਰਵਿਸ ਨੰਬਰ, ਐਂਡ ਟਰੈਵਲ ਮਲਟੀਪਲ ਟਾਈਮ ਟੂ ਇੰਡੀਆ ਵਿਦਆਊਟ ਐਨੀ ਇਸ਼ੂ, ਮਾਈ ਯੂਨੀਵਰਸਿਟੀ ਟੋਲਡ ਮੀ ਦੈਟ ਆਈ
डू नॉट नीड टू अप्लाई फॉर ए न्यू वीज़ा एंड आई कैन यूज़ द सेम वीज़ा बट नीड टू पे न्यू सर्विस फीस. करंटली माई वीज़ा इज़ एक्सपायर एंड नीड टू गो बैक टू इंडिया टू रिन्यू माई F1 वीज़ा. आई हैव टू वैलिड I-20 विद वैलिड स्टूडेंट स्टेटस. I am now worried about my renewal as my previous F1 visa was mentioned with previous service number in my passport. I have 6 months left before completing my doctorate degree. If I go back to India and proceed for renewal process, what is the possible to get rejection? Please let me know your thought. Thank you. किरण जी, देखिए ऐसी बात है कि यदि आपका वीज़ा ख़त्म हो रहा है तो आपको वीज़ा तो अप्लाई करना पड़ेगा, तो उसके लिए आपको इंडिया भी आना पड़ेगा. टाइम देखिए, रिस्क तो इसमें है, पर आपके पास कोई और ऑप्शंस अभी नहीं है. आप वहाँ विदाउट वीज़ा के रहेंगे तो आपका जो स्टेटस है वो इलीगल हो जाएगा, तो फर्दर आपको दिक्कत का जो सामना करना पड़ सकता है. सो बेहतर है कि आप टाइमली आ जाइए, एक बार टाइमली वीज़ा डाल के आप जो है देख सकते हैं. और यदि आपके पास, यदि आपकी पेंडेंसी है, यदि आपकी डॉक्टरेट अभी पेंडिंग है, तो आपके पास एक वैलिड रीज़न है वीज़ा एक्सटेंड करवाने के लिए. और आई थिंक जो एम्बेसी भी इस चीज़ को अंडरस्टैंड करेंगी. हाँ, जो आपने वर्किंग आवर्स का वायलेंस किया है उसका दिक्कत भी जो है वो आ सकता है, वो भी फैक्टर रहेगा. पर डिपेंड करते हैं कि आप एम्बेसी ऑफिसर को किस तरह कन्विंस कर सकते हो. यदि आप अपनी जनरल प्रॉब्लम एम्बेसी ऑफिसर को बताएंगे, आप डिग्री के बारे में बताएंगे, स्टडी के बारे में बताएंगे कि मैंने अभी तक इतना जो पैसा इस डिग्री पे खर्चा कर दिया है, तो अभी मेरी पेंडिंग है, तो मेरे कैरियर का सवाल है, तो हो सकता है आपका जो वीज़ा है वो रिन्यू हो जाए. पर और कोई ऑप्शन है नहीं, तो आपको इंडिया वापस आके ही रिन्यू जो है वीज़ा करवाना पड़ेगा. अगला कमेंट है जी कलबीर सिंह दा. कलबीर सिंह लिखते ने, सर कनेडा दा विजिटर वीज़ा अप्लाई करना PCC कौन सी चाहिए है? विजिटर वीज़ा वास्ते जी कोई PCC की लोड़ नहीं होंगी. PCC जे तुसी वर्क परमिट दे जाने हो तां ही थोड़ी जिहड़ी PCC अप्लाई होंदी है. अदरवाइज़ आपां नूं विजिटर वीज़ा वास्ते कोई PCC पुलिस वेरीफिकेशन की जरूरत जिहड़ी हैगी है वो नहीं होंदी. मनजोत संधु लिखते ने, सर मेरे को 18 लाख दे जे फार्म ने ते 13 लाख दी इनकम टैक्स रिटर्न है, ते कोई 18 किले जमीन है. 2008 विच मैं आस्ट्रेलिया गया सी, 2008 तो बाद मैं नहीं किते गया, कि मैं कनेडा टूरिस्ट वीज़ा अप्लाई कर सकदा है? बहुत वधिया प्रोफाइल है मनजोत जी थोड़ी, बिना डर तो बिना पुछे तो वीज़ा जिहड़ा तुसी अप्लाई कर सकदे हो. तुहाडे कोल ट्रैवल हिस्ट्री भी हैगी है, सो गुड है थोड़ी प्रोफाइल, कोई दिक्कत नहीं, तुसी सानू कॉन्टैक्ट कर सकदे हो, असीं हैल्प करांगे थोड़ी वीज़ा लैण दे विच. मुहम्मद शोएब लिखते ने, सर कनेडा के लिए बैंक स्टेटमेंट रियल ब्रदर या फादर में से किसी एक की शो कर सकते हैं क्या? नहीं कर सकते जी. कनेडा के वीज़ा में यदि आपकी एज 18 साल से ऊपर है तो आपको खुद अपनी जो प्रोफाइल दिखानी पड़ेगी, अपनी स्टेटमेंट दिखानी नहीं पड़ेगी. अपनी स्टेटमेंट के बिना आप किसी और की जो स्टेटमेंट नहीं दिखा सकते. यदि आपकी एज कम है तो आप अपने फादर की स्टेटमेंट दिखा सकते हैं. रघुवीर देसी लिखते हैं जी, रघुवीर ढेसी, ब्रो मैं ऑलरेडी UK विजिट किया है 4 times, दैट टाइम मैं अनमैरिड सी, हूँ मैं मैरिड है एंड मेरा 2 साल का बेबी है. जे मैं विद फैमिली लाइक वाइफ एंड बेबी दे नाल अप्लाई करा तो मेरे नाल बेबी दी वाइफ का वीज़ा लग सकता है? रिप्लाई ब्रदर, देखो जे थोड़ी प्रोफाइल वधिया हैगी है, मैरिज तो बाद थोड़ी होर भी प्रोफाइल वधिया हो गई है, सो तुसी अप्लाई कर सकते हो. जेकर तुसी पहला स्पोंसर ते जांदे रहे हो, स्पोंसर लैके भी तुसी विद वाइफ आपका जिहड़ा वीज़ा अप्लाई कर सकते हो. सो तुसी पहला ट्रैवल करते रहे हो, सो थोड़ा ये वधिया पॉजिटिव पॉइंट है थोड़े वास्ते, प्लस पॉइंट है, तुसी आपकी वाइफ दे नाल कर सकते हो. तुसी सानू कॉन्टैक्ट कर सकते हो, असी थोड़ी हैल्प करांगे. रणवीर संधु लिखते ने, आई हैव USA B1 B2 टूरिस्ट वीज़ा विच वॉज अप्लाइड एंड अप्रूव इन कनेडा वैन आई वॉज स्टडिंग देयर. आफ्टर 18 months आई वेंट बैक टू इंडिया फॉर मीटिंग माई पेरेंट्स एंड गॉट स्टक इन करोना पैंडेमिक. आफ्टर दैट कनेडा बैंड देयर फ्लाइट टू ड्यू टू पैंडेमिक. आई वॉज अनएबल टू फ्लाई एंड माई वीज़ा was also got expired after 3 months when I arrived in India. Now I have only B1 B2 visa which is valid up to 2028. I just want to note, can I fly to USA direct after 8 November or my Canada visa should be valid? रणवीर नहीं कर सकते हो तुसी, देखो
ਤੁਹਾਡਾ ਕੈਨੇਡਾ ਵੀਜ਼ਾ ਐਕਸਪਾਇਰ ਹੋ ਗਿਆ, ਸੋ ਉਹਦੀ ਐਕਸਪਾਇਰੀ ਡੇਟ ਆਏਗੀ ਹੋਏਗੀ, ਹੈ ਨਾ, ਸੋ ਉਹਦੇ 'ਚ ਤੁਹਾਡਾ ਕੋਈ ਦੋਸ਼ ਨਹੀਂ ਹੈਗਾ ਅਤੇ ਪੈਂਡੇਮ ਕਰਕੇ ਤੁਸੀਂ ਫਸ ਗਏ, ਸੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਹਾਡੇ ਕੋਲ US ਦਾ ਵੈਲਿਡ ਵੀਜ਼ਾ ਹੈਗਾ। USA ਦਾ 10 ਈਅਰ ਮਲਟੀਪਲ ਐਂਟਰੀ ਵੀਜ਼ਾ, ਮਲਟੀਪਲ ਐਂਟਰੀ ਦਾ ਮਤਲਬ ਹੀ ਹੁੰਦਾ ਹੈ ਅਤੇ 10 ਈਅਰ ਦੀ ਵੈਲਿਡਿਟੀ ਦਾ ਮਤਲਬ ਹੀ ਹੁੰਦਾ, ਤੁਸੀਂ ਕਦੇ ਵੀ ਅਪਲਾਈ ਕਰ ਸਕਦੇ ਹੋ। ਹਾਂ, ਤੁਹਾਨੂੰ ਇਮੀਗ੍ਰੇਸ਼ਨ ਸਵਾਲ ਕਰੇਗੀ, ਤੁਹਾਡੇ ਕੋਲ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਉਹ ਹੋਣਾ ਚਾਹੀਦਾ ਹੈਗਾ, ਕਿਵੇਂ ਐਕਸਪਾਇਰ ਹੋਇਆ ਤੁਹਾਡਾ ਵੀਜ਼ਾ, ਐਕਸਪਾਇਰ ਹੋਇਆ ਕੀ ਰੀਜ਼ਨ ਸੀ ਅਤੇ ਤੁਸੀਂ ਕਰਨ ਕੀ ਚੱਲੇ ਹੋ। ਜੇ ਤੁਸੀਂ USA ਜਾਓਗੇ ਤਾਂ ਤੁਹਾਡੇ ਕੋਲ USA ਦੇ ਵਿੱਚ ਪ੍ਰੋਪਰ ਹੋਟਲ ਬੁਕਿੰਗ ਜਿਹੜੀਆਂ ਹੈਗੀਆਂ ਹੋਣੀਆਂ ਜ਼ਰੂਰੀ ਨੇ। ਰਾਜਾ ਗੁਰੀ ਲਿਖਦੇ ਨੇ, ਆਈਲੈਟਸ ਕਦੋਂ ਐਕਸਪਾਇਰ ਹੁੰਦੀ ਹੈ, ਪੇਪਰ ਦੀ ਰਿਜ਼ਲਟ ਡੇ। ਆਈਲੈਟਸ ਜਿਹੜੀ ਹੈਗੀ ਜੀ, 2 ਸਾਲ ਦਾ ਟਾਈਮ ਹੁੰਦਾ, 2 ਸਾਲ ਬਾਅਦ ਜਿਹੜਾ ਹੈਗਾ ਆਈਲੈਟਸ ਜਿਹੜਾ ਉਹ ਐਕਸਪਾਇਰ ਹੋ ਜਾਂਦਾ ਹੈ। ਸੁਖਵੀਰ ਸਿੰਘ ਲਿਖਦੇ ਨੇ, ਸਰ ਐਗਰੀਕਲਚਰ ਐਕਸਪੀਰੀਅੰਸ ਦਾ ਕੀ ਮਤਲਬ ਹੈ? ਐਗਰੀਕਲਚਰ ਐਕਸਪੀਰੀਅੰਸ ਦਾ ਮਤਲਬ ਵੀ ਤੁਹਾਨੂੰ ਖੇਤੀਬਾੜੀ ਦਾ ਤਜਰਬਾ ਹੈਗਾ। ਸੋ ਆਪਾਂ ਨੂੰ ਵੈਸੇ ਤਾਂ ਜਿਹੜੇ ਜ਼ਿਮੀਦਾਰਾਂ ਦੇ ਮੁੰਡੇ, ਉਹਨਾਂ ਨੂੰ ਸਾਰਿਆਂ ਨੂੰ ਐਕਸਪੀਰੀਅੰਸ ਖੇਤੀ ਦਾ ਹੁੰਦਾ ਹੈ, ਪਰ ਪੇਪਰਾਂ ਦੇ ਤੌਰ 'ਤੇ ਆਪਾਂ ਨੂੰ ਦਿਖਾਉਣਾ ਪੈਂਦਾ ਹੈ, ਸਾਰਾ ਕੁਛ ਐਕਸਪੀਰੀਅੰਸ ਪੇਪਰ 'ਤੇ ਦਿਖਾਉਣਾ ਪੈਂਦਾ ਹੈਗਾ। ਹੁਣ ਪੇਪਰ 'ਤੇ ਕਿਵੇਂ ਦਿਖਾ ਸਕਦੇ ਹਾਂ? ਜੇ ਫਾਰਮ ਤੁਹਾਡੇ ਨਾਂ 'ਤੇ ਬਣਦੇ ਹੋਣ ਤਾਂ ਹੋ ਸਕਦਾ, ਜਾਂ ਤੁਸੀਂ ਆਪਦੇ ਫਾਦਰ ਨਾਲ ਆਪਦਾ ਜੁਆਇੰਟ ਜਿਹੜਾ ਹੈਗਾ ਅਕਾਊਂਟ ਜੁਆਇੰਟ ਕਰ ਲਓ, ਤਦ ਵੀ ਤੁਹਾਡਾ ਐਕਸਪੀਰੀਅੰਸ ਮੰਨਿਆ ਜਾਂਦਾ। ਇਸ ਤੋਂ ਇਲਾਵਾ ਕੁਛ ਬੰਦਿਆਂ ਦੀ ਸਪੋਰਟਿੰਗ ਦੇ ਨਾਲ, ਜਿਵੇਂ ਪਿੰਡ ਦੇ ਸਰਪੰਚ ਤੋਂ ਜਾਂ ਹੋਰ ਤੋਂ ਲਿਖਾ ਕੇ ਵੀ ਤੁਸੀਂ ਆਪਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਸ਼ੋਅ ਕਰ ਸਕਦੇ। ਵਨੀਤ ਕੌਰ ਦਾ ਅਗਲਾ ਕਮੈਂਟ ਹੈ ਜੀ, ਸਰ ਜੀ ਅਗਰ ਗ੍ਰੈਜੂਏਸ਼ਨ ਕੰਪਲੀਟ ਹੋਵੇ ਤਾਂ ਕਿੰਨੇ ਬੈਂਡ ਚਾਹੀਦੇ ਨੇ? ਆਸਟ੍ਰੇਲੀਆ ਵਾਸਤੇ 6 ਈਚ, ਜੇ ਆਫਟਰ ਗ੍ਰੈਜੂਏਸ਼ਨ ਤੁਸੀਂ ਜਾਣਾ ਚਾਹੁੰਦੇ ਹੋ ਤਾਂ 6 ਈਚ ਬੈਂਡ ਜਿਹੜੇ ਹੈਗੇ ਨੇ ਉਹ ਰਿਕੁਆਇਰਡ ਨੇ। 6 ਈਚ 'ਤੇ ਜਿਹੜਾ ਓਵਰਆਲ 6.5 ਹੋਣ ਤਾਂ ਜ਼ਿਆਦਾ ਵਧੀਆ ਗੱਲ ਹੈ, ਅਤੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਦੇ ਲਈ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਅਸ਼ਵਨੀ ਕੁਮਾਰ ਸ਼ਰਮਾ ਲਿਖਦੇ ਨੇ, ਹਾਏ ਸਰ, ਆਈ ਐਮ AK ਸ਼ਰਮਾ। ਸਰ ਮੇਰੀ ਸੈਲਰੀ 30,000 ਪਰ ਮੰਥ ਹੈ, ਕੈਨ ਅਪਲਾਈ ਕੈਨੇਡਾ ਵੀਜ਼ਾ? ਠੀਕ ਹੈ ਜੀ, 30,000 ਸੈਲਰੀ ਵਧੀਆ ਹੈਗੀ ਹੈ। ਜੇ ਤੁਹਾਡੇ ਕੋਲ ਜੋਬ ਪ੍ਰੋਪਰ ਹੈ, ਤੁਹਾਡੀ ਸੈਲਰੀ 1 ਸਾਲ ਤੋਂ ਪ੍ਰੋਪਰ ਤੁਹਾਡੇ ਅਕਾਊਂਟ ਦੇ ਵਿੱਚ ਆ ਰਹੀ ਹੈ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਸੈਲਰੀ ਦੇ ਨਾਲ ਤੁਸੀਂ ਜੇ ਕੁਛ ਹੋਰ ਸ਼ੋਅ ਕਰ ਦਿਉ ਤਾਂ ਜ਼ਿਆਦਾ ਵਧੀਆ ਗੱਲ ਹੈ। ਅਗਲਾ ਜਿਹੜਾ ਕਮੈਂਟ ਹੈ ਜੀ, ਬਿਟਕੋਇਨ ਵਾਲਿਆਂ ਦਾ ਕਮੈਂਟ ਹੈ, ਬਿਟਕੋਇਨ ਵਾਲੇ ਲਿਖਦੇ ਨੇ, ਪਲੀਜ਼ ਇਨਫੋਰਮੇਸ਼ਨ, ਆਈ ਐਮ ਅਪਲਾਈ ਕੈਨੇਡਾ ਬਿਜ਼ਨਸ ਵਿਜ਼ਟਰ ਵੀਜ਼ਾ, ਕੰਪਲੀਟ ਬਾਇਓਮੈਟ੍ਰਿਕ ਅਨਰੋਲਮੈਂਟ July 2021, ਬਟ ਨਾਟ ਰਿਸੀਵ PPR ਰਿਕੁਐਸਟ, ਵਾਈ ਲੇਟ ਸਰ, ਐਨੀ ਰੀਜ਼ਨ PPR ਰਿਕੁਐਸਟ ਲੇਟ? ਵੈਲ, ਰੀਜ਼ਨ ਕੀ ਹੈ ਜੀ, ਅੰਬੈਸੀ ਟਾਈਮ ਲਾ ਰਹੀ ਹੈ, ਹੁਣ ਤਾਂ 190 ਦਿਨ ਦਾ ਕਰਦਾ ਹੈ, ਸੋ ਬਾਇਓਮੈਟ੍ਰਿਕ ਤੋਂ ਬਾਅਦ ਦੇਖ ਲਓ ਕਿੰਨਾ ਟਾਈਮ, 6 ਮਹੀਨੇ ਦਾ ਟਾਈਮ ਹੁੰਦਾ, ਤੁਸੀਂ ਤਾਂ ਬਾਇਓਮੈਟ੍ਰਿਕ ਦਿੱਤੀ ਜੁਲਾਈ 'ਚ, ਜੁਲਾਈ ਤੋਂ ਬਾਅਦ ਤਾਂ ਦੇਖ ਲਓ ਹਾਲੇ ਟਾਈਮ ਨਹੀਂ ਹੋਇਆ, ਸੋ ਟਾਈਮ ਲੱਗ ਰਿਹਾ ਜੀ, ਸਾਰਾ ਕੁਛ ਜਿਹੜਾ ਹੈਗਾ ਉਲਟਾ ਪੁਲਟਾ ਹੋਇਆ ਪਿਆ, ਸੋ ਹਾਲੇ ਟਾਈਮ ਜਿਹੜਾ ਵੀਜ਼ਾ ਵਾਸਤੇ ਉਹ ਲੱਗ ਰਿਹਾ। ਅਗਲਾ ਕਮੈਂਟ ਹੈ ਜੀ ਦਿਲਪ੍ਰੀਤ ਸਿੰਘ ਦਾ, ਦਿਲਪ੍ਰੀਤ ਸਿੰਘ ਲਿਖਦੇ ਨੇ, ਭਾਅ ਜੀ ਕੈਨੇਡਾ ਦੀ ਗੁਰਦੁਆਰਾ ਦੀ ਸਪੋਂਸਰ ਦੀ ਵੀਜ਼ਾ ਹੁਣ ਮਿਲ ਰਿਹਾ ਕਿ ਨਹੀਂ? ਮਿਲ ਰਿਹਾ ਜੀ, ਜੇ ਤੁਸੀਂ ਰਿਲੀਜਨ ਵਰਕਰ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕਿਸੇ ਗੁਰਦੁਆਰਾ ਸਾਹਿਬ ਦੀ ਸਪੋਂਸਰ ਹੋਣੀ ਚਾਹੀਦੀ ਹੈ, ਅਤੇ ਇੱਥੋਂ ਤੋਂ ਇੰਡੀਆ ਤੋਂ ਐਕਸਪੀਰੀਅੰਸ ਹੋਵੇ, ਜਿਹੜਾ ਤੁਸੀਂ ਕੰਮ ਕਰਦੇ ਹੋ, ਜੇ ਤੁਸੀਂ ਕਥਾਵਾਚਕ ਹੋ, ਜਾਂ ਤੁਸੀਂ ਰਾਗੀ ਹੋ, ਢਾਡੀ ਹੋ, ਗ੍ਰੰਥੀ ਹੋ, ਜਾਂ ਮੰਦਰ ਦੇ ਪੁਜਾਰੀ ਹੋ, ਠੀਕ ਹੈ, ਤਾਂ ਰਿਲੀਜਨ ਵਰਕਰ ਵੀਜ਼ਾ 'ਤੇ ਜਿਹੜਾ ਤੁਸੀਂ ਜਾ ਸਕਦੇ ਹੋ, ਅਤੇ ਹੁਣ ਵੀਜ਼ਾ ਆ ਰਹੇ ਨੇ, ਯਾਨੀ ਕਿ ਅਪਲਾਈ ਹੋ ਰਹੇ ਨੇ, ਸੋ ਕਰ ਸਕਦੇ ਹੋ ਅਪਲਾਈ, ਕੋਈ ਦਿੱਕਤ ਵਾਲੀ ਗੱਲ ਨਹੀਂ। ਐਸਕੋਟਿਕ ਅਬਦੁਲ ਕਾਦਰ ਸਮਸੀ ਲਿਖਦੇ ਨੇ, ਹਾਏ ਸਰ, ਵਨ ਆਫ ਮਾਈ ਫਰੈਂਡ ਇਜ਼ ਵਰਕਿੰਗ ਇਨ ਆਬੂਧਾਬੀ ਐਜ਼ ਏ ਟੀਚਰ, ਕੈਨ ਸ਼ੀ ਅਪਲਾਈ ਕੈਨੇਡਾ ਟੂਰਿਸਟ ਵੀਜ਼ਾ ਔਰ ਨਾਟ? ਸ਼ੀ ਡਜ਼ਨਟ ਹੈਵ ਐਨੀ ਰਿਲੇਟਿਵ ਐਂਡ ਫਰੈਂਡ ਦੇਅਰ। ਕਰ ਸਕਤੇ ਹੈ ਜੀ ਅਬਦੁਲ ਜੀ, ਆਪਕੇ ਜੋ ਆਪਕੀ ਫਰੈਂਡ ਹੈ, ਯਦੀ ਉਨਕੀ ਸੈਲਰੀ ਅੱਛੀ ਹੈ, ਟੀਚਰ ਹੈ ਤੋ ਟੀਚਰ ਕੀ ਸੈਲਰੀ ਤੋ ਅੱਛੀ ਨੈਚੁਰਲੀ ਹੋਗੀ, ਤੋ ਕਰ ਸਕਤੇ ਹੈ। ਯਦੀ ਆਪਕੀ ਇਨਕਮ ਅੱਛੀ ਤੋ ਆਪਕੋ ਕਿਸੀ ਕੀ ਸਪੋਰਟ ਕੀ ਜ਼ਰੂਰਤ ਨਹੀਂ, ਔਰ ਨਾ ਹੀ ਕੋਈ ਆਪਕੀ ਆਪਕੋ ਕਿਸੀ ਇਨਵੀਟੇਸ਼ਨ ਜਾਂ ਸਪੋਂਸਰ ਕੀ ਜ਼ਰੂਰਤ ਹੈ, ਤੋ ਆਪਕੀ ਫਰੈਂਡ ਵੋ ਕਰ ਸਕਤੇ ਹੈ, ਹਮ ਵੀ ਆਪਕੀ ਹੈਲਪ ਕਰ ਸਕਤੇ ਹੈ, ਆਪ ਕੁਛ ਡਾਕੂਮੈਂਟ ਚਾਹੀਏ ਹੋਤੇ ਹੈ ਔਨਲਾਈਨ ਵੀਜ਼ਾ ਕੇ ਲੀਏ, ਤੋ ਆਪ ਹਮੇ ਡਾਕੂਮੈਂਟ ਭੇਜ ਸਕਤੇ ਹੈ, ਹਮ ਆਪਕੀ ਹੈਲਪ ਜੋ ਕਰੇਂਗੇ। ਫੈਬੂਲਸ ਢਿੱਲੋਂ ਲਿਖਦੇ ਨੇ, ਹੈਲੋ ਸਰ, ਮੇਰਾ ਕਾਲਜ ਅਸਿਸਟੈਂਟ ਪ੍ਰੋਫੈਸਰ ਦਾ 3 ਈਅਰ ਦਾ ਐਕਸਪੀਰੀਅੰਸ ਹੈ, ਮੈਂ ਬੀ ਕੈਟਾਗਰੀ ਲਈ ਅਪਲਾਈ ਕਰ ਸਕਦੀ ਹਾਂ? ਨਹੀਂ ਜੀ, ਦੇਖੋ ਇੰਨਾ ਐਵੇਂ ਹੁੰਦਾ ਕਿ ਜਿਵੇਂ ਤੁਸੀਂ ਟੀਚਰ, ਡਾਕਟਰ, ਨਰਸਿਸ ਅਤੇ ਐਡਵੋਕੇਟ ਦਾ ਐਕਸਪੀਰੀਅੰਸ ਜਿਹੜਾ ਉਹ ਨਹੀਂ ਚੱਲਦਾ, ਸੋ ਤੁਸੀਂ ਐਜ਼ ਏ ਲੈਕਚਰਾਰ ਜਾਂ ਐਜ਼ ਏ ਟੀਚਰ ਦਾ ਐਕਸਪੀਰੀਅੰਸ ਲੈ ਕੇ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ। ਸੋ ਦੋਸਤੋ, ਇਹ ਸੀਗੇ ਤੁਹਾਡੇ ਕਮੈਂਟਸ ਅਤੇ ਮੇਰੇ ਜਵਾਬ, ਉਮੀਦ ਕਰਦਾ ਵਧੀਆ ਲੱਗੇ ਹੋਣਗੇ। ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਮੈਨੂੰ ਇੰਸਟਾ 'ਤੇ ਫੋਲੋ ਕਰੋ, ਫੇਸਬੁੱਕ 'ਤੇ ਲਾਈਕ ਕਰੋ। ਵਧੇਰੇ ਜਾਣਕਾਰੀ ਲਈ, ਆਪਣਾ ਕੇਸ ਡਿਸਕਸ ਕਰਨ ਲਈ, ਕੇਸ ਅਪਲਾਈ ਕਰਨ ਲਈ ਤੁਸੀਂ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਸਕਰੀਨ ਦੇ ਦਿੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।